ਇਹ ਹੁਣ ਤੁਸੀਂ ਕ੍ਰੋਸਿੰਗ ਵਗੈਰਾ ਕਰਨੇ ਕੋਈ? ਹਾਂਜੀ ਦੇ ਦਿੰਨੇ, ਵੈਸੇ ਆਪਾਂ ਨੂੰ ਨਵਾਂ ਹੀ ਕੰਮ ਆਪਾਂ ਤੇ ਨਵਾਂ ਹੀ ਕੰਮ ਸ਼ੁਰੂ ਕਰਿਆ ਤੇ ਹਜੇ ਕੁੜੀਆਂ ਇਹ ਜੀ ਮੱਝੂ ਕੇ ਲੈਣ ਦਾ ਜੀ। ਇਹਦੀ ਉਮਰ ਕਿੰਨੀ ਹੋ ਗਈ ਬਾਈ? ਉਮਰ ਇਹਦੀ ਹੈਗੀ 7-8 ਮਹੀਨੇ ਦੀ ਉਮਰ ਹੈਗੀ। ਕਿੰਨਾ ਕੱਦ ਕਰ ਗਿਆ ਹੁਣ ਇਹ? ਕੱਦ ਤਾਂ ਮਿਲਿਆ ਨਹੀਂ ਗਾ ਜੀ ਆਪਾਂ, 50 ਕੁ ਹੋਊਗਾ ਜੀ, 50-52 ਹੋਊਗਾ। ਇਹ ਬੱਚਾ ਇੱਕ ਹੀ ਆਪਣੇ ਲਵੇ? ਇਹੀ ਲੈ ਕੇ ਆਉਂਦਾ ਸੀ, ਆਪਣੀ ਬੇਟੀ ਨੂੰ ਸ਼ੌਂਕ ਸੀਗਾ ਜੀ ਤੇ ਆਪਾਂ ਸ਼ੁਰੂ 'ਚ ਇਹੀ ਲੈ ਕੇ ਆਉਂਦਾ ਸੀ ਵੀ ਚੱਲ ਯਾਰ ਇਹ ਬੱਚਿਆਂ 'ਚ ਮੋਹ ਪੈ ਜੂਗਾ, ਆਪਦੇ 'ਚ ਮੋਹ ਪੈ ਜੂਗਾ। ਕੋਈ ਵੀ ਜਾਨਵਰ ਆਪਾਂ ਕੋਈ ਵੀ ਲਈਏ ਨਾ ਉਹ ਮੋਹ ਨਾਲ ਹੀ ਹੁੰਦਾ ਵੀ ਆਪਾਂ ਛੋਟੇ ਹੀ ਨੂੰ ਪਾਲ ਲਈਏ ਤਾਂ ਆਪਦੇ 'ਚ ਮੋਹ ਪੈ ਜੂਗਾ, ਹੈ ਨਾ। ਇਸ ਤਰ੍ਹਾਂ ਕਰਕੇ ਮੈਂ ਆਪਦੀ ਬੇਟੀ ਨੂੰ ਲਿਆ ਕੇ ਦਿੱਤਾ ਸੀ ਇਹ ਤੇ ਉਦੋਂ ਬਾਅਦ ਬਸ ਇਹੋ ਜਿਹਾ ਸ਼ੌਂਕ ਜਾਗ ਗਿਆ ਇਹ ਲਿਆਂਦਾ ਫਿਰ। ਮਿੱਤਰੋ ਕੀ ਹਾਲ ਚਾਲ ਨੇ? ਅਤੇ ਕਹਿੰਦੀ ਜਿਵੇਂ ਉਹ ਟਰੈਕਟਰ ਜਾ ਰਹੇ ਨੇ ਹੈ ਨਾ, ਹਰ ਸਾਲ ਇਹ ਮੇਲਾ ਹੈਗਾ, ਹਰ ਸਾਲ ਲੱਗਦਾ ਹੁੰਦਾ ਤਲਵੰਡੀ ਸਾਬੋ ਘੋੜਿਆਂ ਦਾ ਕਹਿ ਦਈਏ, ਜਾਂ ਹੋਰ ਆਪਾਂ ਇੰਟਰਵਿਊ ਵੀ ਕੀਤੀਆਂ ਹੋਈਆਂ ਨੇ ਇੱਕ ਦੋ ਮੇਲੇ ਦੇ ਵਿੱਚ, ਹੈ ਨਾ। ਜਿਵੇਂ ਆਹ ਤੰਬੂ ਲੱਗ ਰਹੇ ਬਹੁਤ ਦੂਰ ਦੂਰ, ਉਹ ਤੱਕ ਪੂਰਾ ਡਬਲ ਪੂਰਾ ਵੱਡਾ ਮੇਲਾ ਹੁੰਦਾ ਹੁੰਦਾ ਅਤੇ ਪੂਰਾ ਖਾਣੇ ਦਾਣੇ ਦਾ ਪੂਰਾ ਵਧੀਆ ਪ੍ਰਬੰਧ ਹੁੰਦਾ ਉਰੇ। ਹਾਲੇ ਸਾਰੇ ਅੱਜ ਤਾਂ ਜਾ ਰਹੇ ਨੇ ਲਾਸਟ ਜੀ, ਅੱਜ ਲਾਸਟ ਸੀਗਾ ਘੋੜਿਆਂ ਦਾ ਪੂਰਾ ਵੱਡਾ ਮੇਲਾ, ਜਿਵੇਂ ਸੇਲ ਪਰਚੇਜ ਦਾ ਕਹਿ ਦਈਏ, ਵੱਖੋ ਵੱਖਰੀਆਂ ਨਸਲਾਂ ਦਾ ਹਰੇਕ ਲੈ ਕੇ ਆਉਂਦਾ ਹੈ ਨਾ ਸੇਲ ਪਰਚੇਜ ਵਾਸਤੇ, ਅਤੇ ਹਰੇਕ ਤਰ੍ਹਾਂ ਦੀ ਨਸਲ, ਹਰੇਕ ਤਰ੍ਹਾਂ ਦਾ ਜਾਨਵਰ ਇੱਥੇ ਲੈ ਕੇ ਆਉਂਦਾ ਹਰੇਕ ਆਪਣੀ ਸੇਲ ਪਰਚੇਜ ਦੇ ਲਈ। ਬਹੁਤ ਬਹੁਤ ਜ਼ਿਆਦਾ ਵੱਡਾ ਯਾਰ, ਉੱਧਰ ਵੀ ਲੱਗੇ ਹੋਏ ਨੇ ਤੰਬੂ। ਜਿਵੇਂ ਘੋੜੇ ਖੜ੍ਹੇ ਨੇ ਕੁੱਲ ਮਿਲਾ ਕੇ ਕਹਿ ਦਈਏ ਵੀ ਮੇਲਿਆਂ 'ਚ, ਇਹੋ ਜਿਹੇ ਮੇਲਿਆਂ 'ਚ ਆਉਣ ਦਾ ਯਾਰ ਕੁਛ ਨਾ ਕੁਛ ਕਿਤੇ ਨਾ ਕਿਤੇ ਫਾਇਦਾ ਹੁੰਦਾ, ਵੀ ਫਾਇਦਾ ਹੈ ਕੋਈ ਨਾ ਕੋਈ ਚੰਗੀ ਨੌਲੇਜ ਵਾਲੀ ਗੱਲ ਮਿਲਦੀ ਹੈ, ਹੈ ਨਾ। ਜਦੋਂ ਅਤੇ ਕੁਛ ਨਾ ਕੁਛ ਚੰਗੀ ਗੱਲ ਨਿਕਲ ਕੇ ਆਉਂਦੀ ਹੈ, ਹੈ ਨਾ, ਜਦੋਂ ਆਪਾਂ ਕਿਸੇ ਨਾਲ ਵਿਚਰਦੇ ਹਾਂ। ਅਤੇ ਮੈਂ ਕਹਿੰਦਾ ਵੀ ਆਇਆ ਕਰੋ ਲਾਜ਼ਮੀ ਮੇਲਿਆਂ 'ਚ ਨਿਕਲ ਕੇ, ਹੈ ਨਾ, ਘਰੋਂ ਨਿਕਲ ਕੇ ਜ਼ਰੂਰ ਹੀ ਲਾਜ਼ਮੀ ਆਇਆ ਕਰੋ ਯਾਰ, ਚੰਗੀਆਂ ਗੱਲਾਂ ਮਿਲਦੀਆਂ ਨੇ ਆਪਾਂ ਨੂੰ ਜ਼ਿੰਦਗੀ 'ਚ, ਕੁਛ ਸਿੱਖਣ ਲਈ ਮਿਲਦਾ ਵੀਰੇ। ਜਿਵੇਂ ਆਪਾਂ ਦੋਸਤੋ ਪਹਿਲਾਂ ਦੇਖ ਕੇ ਹਟਿਆ ਨਾ ਵੀ ਕਾਫੀ ਵੱਡਾ ਮੇਲਾ, ਹੈ ਨਾ, ਉੱਥੇ ਬਾਈ ਜਸਵਿੰਦਰਾ ਲਹਿਰੀ ਤੋਂ ਪਿੰਡ ਨੰਗਲਾ, ਪਿੰਡ ਨੰਗਲਾ ਤੇ ਉਹਦੇ ਨਾਲ ਬਾਈ ਕਹਿੰਦਾ ਵੀ ਨਵਾਂ ਹੀ ਸ਼ੌਂਕ ਜਾਗ ਗਿਆ ਤੇ ਵੱਖਰੀ ਵੱਖਰੀਆਂ ਵਰਾਇਟੀਆਂ ਕਹਿੰਦਾ ਅਸੀਂ ਵੀ ਲੈ ਕੇ ਆਏ, ਕਹਿੰਦਾ ਮਨ ਬਹੁਤ ਖੁਸ਼ ਹੋ ਗਿਆ, ਕਹਿੰਦਾ ਯਾਰ ਮੇਲੇ 'ਚ ਆ ਕੇ ਉਰੇ, ਹੈ ਨਾ। ਪਹਿਲਾਂ ਮੈਂ ਇਹੀ ਗੱਲ ਕਹਿ ਕੇ ਹਟਾਂ ਵੀ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਹਾਂ ਨਵੀਂ ਗੱਲ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਹੋਰ ਵਧੀਆ, ਕਿਵੇਂ ਰਿਹਾ ਮੇਲਾ? ਪਹਿਲਾਂ ਤਾਂ ਬਹੁਤ ਵਧੀਆ ਰਿਹਾ ਬਾਈ, ਹੈ ਨਾ ਆਪਾਂ। ਹਾਂਜੀ ਬਹੁਤ ਵਧੀਆ ਰਿਹਾ ਜੀ। ਤੇ ਕਿਹੜੀਆਂ ਕਿਹੜੀਆਂ ਲੈ ਜਾਂਦੇ ਆਪਾਂ, ਮਤਲਬ ਰੱਖੇ ਜਾਨਵਰ ਆਪਣੇ ਕੋਲ? ਲੈਣਾ ਸਾਰੀਆਂ ਹੀ ਤਕਰੀਬਨ ਜੀ, ਜਿਵੇਂ ਕਿ ਉਹ ਆ ਗਿਆ ਜੀ ਕਾਲੇ ਕਾਂਠੇ ਦਾ ਭਾਈ ਹੈ ਸਿੱਧਾ ਡਾਇਰੈਕਟ। ਅੱਛਾ, ਕਾਲੇ ਕਾਂਠੇ ਦਾ ਡਾਇਰੈਕਟ? ਹਾਂਜੀ, ਕੋਈ ਕਹਿ ਦਿੰਦਾ ਮੇਰੇ ਕੋਲ ਪੁੱਤ ਦਾ ਬੱਚਾ, ਕੋਈ ਕਹਿੰਦਾ ਪੋਤੇ ਦਾ ਬੱਚਾ ਹੈ, ਕਾਲੇ ਕਾਂਠੇ ਦਾ ਨਾਮ ਬਹੁਤ ਮਸ਼ਹੂਰ ਹੈ ਨਾ, ਸਿੱਧਾ ਭਾਈ ਹੈ ਜੀ। ਨਵਾਂ ਹੀ ਕੰਮ ਸ਼ੁਰੂ ਕਰਿਆ ਤੇ ਹਜੇ ਕੁੜੀਆਂ ਇਹ ਜੀ ਮੱਝੂ ਕੇ ਲੈਣ ਦਾ ਜੀ। ਇਹਦੀ ਉਮਰ ਕਿੰਨੀ ਹੋ ਗਈ? ਉਮਰ ਇਹਦੀ ਹੈਗੀ 7-8 ਮਹੀਨੇ ਦੀ ਉਮਰ ਹੈਗੀ। ਕਿੰਨਾ ਕੱਦ ਕਰ ਗਿਆ ਹੁਣ? ਕੱਦ ਤਾਂ ਮਿਲਿਆ ਨਹੀਂ ਗਾ ਜੀ ਆਪਾਂ, 50 ਕੁ ਹੋਊਗਾ ਜੀ, 50-52 ਹੋਊਗਾ। ਇਹੀ ਲੈ ਕੇ ਆਉਂਦਾ ਸੀ, ਆਪਣੀ ਬੇਟੀ ਨੂੰ ਸ਼ੌਂਕ ਸੀਗਾ ਜੀ ਤੇ ਆਪਾਂ ਸ਼ੁਰੂ 'ਚ ਇਹੀ ਲੈ ਕੇ ਆਉਂਦਾ ਸੀ ਵੀ ਚੱਲ ਯਾਰ ਇਹ ਬੱਚਿਆਂ 'ਚ ਮੋਹ ਪੈ ਜੂਗਾ, ਆਪਦੇ 'ਚ ਮੋਹ ਪੈ ਜੂਗਾ। ਕੋਈ ਵੀ ਜਾਨਵਰ ਆਪਾਂ ਕੋਈ ਵੀ ਲਈਏ ਨਾ ਉਹ ਮੋਹ ਨਾਲ ਹੀ ਹੁੰਦਾ ਵੀ ਆਪਾਂ ਛੋਟੇ ਹੀ ਨੂੰ ਪਾਲ ਲਈਏ ਤਾਂ ਆਪਦੇ 'ਚ ਮੋਹ ਪੈ ਜੂਗਾ, ਹੈ ਨਾ। ਇਸ ਤਰ੍ਹਾਂ ਕਰਕੇ ਮੈਂ ਆਪਦੀ ਬੇਟੀ ਨੂੰ ਲਿਆ ਕੇ ਦਿੱਤਾ ਸੀ ਇਹ
ਤੇ ਉਸ ਤੋਂ ਬਾਅਦ ਬਸ ਇਹੋ ਜਿਹਾ ਸ਼ੌਂਕ ਜਾਗ ਗਿਆ, ਇਹ ਲਿਆਂਦਾ, ਫਿਰ ਘੋੜੀਆਂ ਲਿਆਂਦੀਆਂ, ਉਹ ਉੱਧਰ ਘੋੜਾ ਲਿਆਂਦਾ, ਪਹਿਲਾਂ ਇਹੀ ਲੈ ਕੇ ਆਉਂਦਾ ਸੀ ਸਾਰਿਆਂ ਨੂੰ ਪਹਿਲਾਂ। ਇਹਨੂੰ ਹੋ ਗਈ ਸਾਡੇ ਕੋਲ ਮੰਨ ਲਓ 5 ਕੁ ਮਹੀਨਿਆਂ ਦਾ ਲਿਆਂਦਾ ਸੀ, 2.5-3 ਮਹੀਨੇ ਹੋ ਗਏ ਜੀ। ਪਰ ਚੀਜ਼ ਬਹੁਤ ਵਧੀਆ, ਵੀ ਬੰਦਾ ਜਿਵੇਂ ਬਾਹਰ ਗੰਦ ਮੰਦ ਤੁਰਿਆ ਫਿਰਦਾ, ਕੋਈ ਨਸ਼ੇ ਕਰਦਾ, ਕੋਈ ਕੁਛ ਕਰਦਾ, ਜਦੋਂ ਵਿਹਲਾ ਹੁੰਦਾ, ਅਸੀਂ ਜਦੋਂ ਵਿਹਲੇ ਹੁੰਦੇ ਇਹਨਾਂ 'ਚ ਜਾ ਕੇ ਇਹਨਾਂ ਦੇ ਹੱਥ ਪੱਲਾ ਮਾਰਦੇ ਹਾਂ, ਨਾਲੇ ਆਪਦਾ ਮਨ ਖੁਸ਼ ਹੁੰਦਾ, ਨਾਲੇ ਇਹ ਖੁਸ਼ ਹੁੰਦੇ ਆ। ਮਾਰਵਾੜੀ ਹਾਂਜੀ, ਇਹ ਗੱਭਣ ਹੈ 9 ਮਹੀਨਿਆਂ ਦੀ। ਅੱਛਾ, ਹਾਂ 2 ਕੁ ਮਹੀਨਿਆਂ ਨੂੰ ਸੂਪ ਹੋਗੀ। ਆਹ ਸੂਰਿਆ ਲੈਣ ਦੀ ਰਾਜਸਥਾਨ ਵਾਲੀ ਘੋੜੇ ਦੀ ਜੀ। ਮੇਰੀਆਂ ਬੇਟੀਆਂ ਨੂੰ ਬਹੁਤ ਸ਼ੌਂਕ ਹੈ, ਆਪਾਂ ਦੇਖੋ ਘੋੜੇ ਦੀ ਲੈਣ ਚ ਕੰਮ ਮਤਲਬ ਆਪਣਾ। ਠੀਕ ਆ ਬਾਈ, ਜਿਉਂਦੇ ਬੱਸਦੇ ਰਹੋ, ਸਤਿ ਸ੍ਰੀ ਅਕਾਲ, ਵੀਡੀਓ ਦੇਖਣਾ ਜੀ, ਧੰਨਵਾਦ।